ਟੁੱਟ ਜੂ ਆ ਮੈਂ ਅਗਰ ਹੋ ਜਾ ਕੇ ਇੱਕ ਵਾਰੀ ਡੈਮੋ ਕਰਿਆ ਲਾਈਵ ਦੇਖ ਲੈ ਭਰਾ ਮੇਰੇ ਗਲ ਤੇ ਨਹੀਂ ਪੈਂਦੇ ਇੱਥੇ ਰੱਖ ਬੰਦਾ ਮਾਰਕੀਟ 'ਚ ਗਿਆ ਉਹਨੂੰ ਕੀ ਰੇਟ ਪਊਗਾ ਮਾਰਕੀਟ ਦਾ ਪਹਿਲਾਂ ਇਹ ਮਾਰਕੀਟ ਦਾ ਮਿਨੀਮਮ ਪ੍ਰਾਈਸ ਹੈ ਜਿਹੜਾ 31-32 ਰੁਪਏ ਤੋਂ ਸ਼ੁਰੂ ਹੋ ਕੇ ਹਾਂ ਉਹ ਦੁਕਾਨਦਾਰ ਦੇ 35 ਦੇ ਵਿੱਚ 36 ਦੇ ਵਿੱਚ 40 ਰੁਪਏ ਤੱਕ ਇਹਦਾ ਰੇਟ ਹੈਗਾ ਹੈਗਾ ਆਪਾਂ ਅੱਜ ਔਨ ਸਪੋਟ ਵੀਡੀਓ ਬੋਲ ਰਹੇ ਹਾਂ ਆਪਣਾ ਰੇਟ ਆਪਾਂ ਦਵਾਂਗੇ 460 ਰੁਪਏ ਦਾ ਬਾਕਸ ਓਕੇ ਲਾ ਲਓ 29 ਰੁਪਏ ਤੋਂ ਥੋੜ੍ਹੇ ਜਿਹੇ ਤੱਕ ਆ ਵੀ ਪਾਰਕਿੰਗ ਵਾਲੀ ਹੈ ਸਾਰੀ ਪਾਰਕਿੰਗ ਹੈ 20x20 ਸਾਈਜ਼ ਆ ਗਿਆ ਕਿਸੇ ਦੁਕਾਨ ਤੇ ਨਹੀਂ ਮਿਲਦਾ ਹਰ ਇੱਕ ਬੰਦਾ ਆਮ ਛੋਟਾ ਸਾਈਜ਼ ਮੰਗਾ ਕੇ ਕੰਮ ਚਲਾ ਰਿਹਾ ਸਾਡੇ ਕੋਲ ਸਾਰੀ ਵੈਰਾਈਟੀ ਮਿਲੂਗੀ ਤੇ ਇਹਦੀ ਥਿਕਨੈਸ ਚੈੱਕ ਕਰੋ ਜਿੰਨੇ ਭਰਾ ਵੀ ਦੇਖ ਰਹੇ ਨੇ ਜੇ ਮੈਂ ਇਹਦੇ ਵੈਸੇ ਵੇਟ ਦੀ ਗੱਲ ਕਰਾਂ ਵੀਰੇ ਕਾਫੀ ਜ਼ਿਆਦਾ ਵਧੀਆ ਇਹ 20 ਟਨ ਵਜ਼ਨ ਪਾਸ ਹੈ ਇਹਦੇ ਉੱਤੇ 20 ਟਨ 200 ਕੁਇੰਟਲ ਵਜ਼ਨ ਚੜ ਜੇ ਹਾਂ ਕੋਈ ਦਿੱਕਤ ਨਹੀਂ ਆਉਂਦੀ ਹਾਂ ਇਹ ਤੁਹਾਨੂੰ ਸਿਰਫ ਐਂ ਲਗਾ ਲਓ 31-32 ਰੁਪਏ ਦੇ ਰੇਟ 'ਚ ਹੀ ਦੇ ਦਾਂਗੇ ਆਪਾਂ ਇਹ ਵੀ ਝੂਠ ਬੋਲ ਰਹੇ ਹੋ ਇਹਦਾ 40-45 ਰੁਪਏ ਭਾਅ ਮੈਂ ਉਹੀ ਕਹਿ ਰਿਹਾ ਵੀ ਬਾਕੀ ਨਾਲ ਇਹਦਾ ਡਿਫਰੈਂਸ ਕੀ ਹੁੰਦਾ ਹੈਗਾ ਇਹਦੀ ਕੁਆਲਿਟੀ ਹੁੰਦੀ ਹੈ ਜਿਹੜੀ ਬਹੁਤ ਚੰਗੀ ਹੁੰਦੀ ਹੈ ਜਿਹੜਾ ਇਹਦਾ ਗੋਲਾ ਬਣਦਾ ਬਿਲਕੁਲ ਨੈਚੁਰਲ ਬਣਦਾ ਇਹਦਾ ਕਲਰ ਫੇਡ ਨਹੀਂ ਹੁੰਦਾ ਜਿਵੇਂ ਮਰਜ਼ੀ ਧੁੱਪੇ ਜਿੱਥੇ ਮਰਜ਼ੀ ਲੱਗੇ ਹੁਣ ਇਹ ਕਲਰ ਪਏ ਨੇ ਇਹ 60-65 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਹੈਗੇ ਇਹ ਆਹ ਵਾਲੇ ਇਹ ਹੋ ਗਿਆ ਇਹਨਾਂ ਦਾ ਨਾਮ ਇਹ ਨਵੀਂ ਆਈਟਮ ਹੈ ਬਿਲਕੁਲ ਮਾਰਕੀਟ ਦੇ ਵਿੱਚ ਕਿਸੇ ਕੋਲ ਨਹੀਂ ਮਿਲਣੀ ਤੁਹਾਨੂੰ ਬਈ ਇਹ ਡਿਜ਼ਾਈਨ ਬੜਾ ਯਾਰ ਖਤਰਨਾਕ ਲਈ ਫਿਰ ਤੁਸੀਂ ਯਾਰ ਇਹਦੀ ਮੋਟਾਈ ਚੈੱਕ ਕਰੋ ਇਹਦਾ ਵਜ਼ਨ ਦੇਖੋ ਤੁਸੀਂ ਇੱਕ ਬੰਦੇ ਤੋਂ ਹੱਥ ਨਾਲ ਚੱਕੀ ਨਹੀਂ ਜਾਣੀ ਉਹ ਨਾ ਉਹ ਭਰਾ ਧੱਕਾ ਕਰੀ ਜਾਂਦੇ ਆ ਬਾਈ ਵਧੀਆ ਯਾਰ ਠੀਕ ਹੈ ਤੇ ਇਹਦੀ ਵੀ ਥਿਕਨੈਸ ਲਵਿਆ ਕੇ ਦਿਖਾ ਦੇ ਇੱਕ ਵਾਰੀ ਮੋਟਾਈ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ 2x2 ਸਾਈਜ਼ ਦੇ ਵਿੱਚ ਅੱਜ ਇੰਗਲਿਸ਼ ਇਹ ਬੋਲੀ ਜਾਂਦਾ ਹੈ 2x2 ਦਾ ਹੈਵੀ ਬੜੀ ਯਾਰ ਇਹ 'ਚ ਆਪਣੇ ਕੋਲ ਲਗਭਗ 30-40 ਕਿਲੇ ਗਲੋਸ ਵਾਲੇ 'ਚ ਡਿਜ਼ਾਈਨ ਮਿਲ ਜਾਣਗੇ ਓਕੇ ਇਹ ਬਿਲਕੁਲ 100% ਪ੍ਰੀਮੀਅਮ ਟਾਇਲ ਹੈ ਇਹ ਫੁੱਲ ਹੈਵੀ ਟਾਇਲ ਇਹ ਲਗਾ ਲਓ 170 ਰੁਪਏ ਦਾ ਬਾਕਸ ਹੈ ਸਿਰਫ 170 ਰੁਪਏ ਦਾ ਮਾਰਕੀਟ ਦਾ ਰੇਟ 210 220 200 ਤੋਂ ਉੱਪਰ ਹੈਗਾ ਬਿਲਕੁਲ ਜੀ ਆਪਾਂ ਘੈਂਟ 'ਚ ਦੇ ਦਾਂਗੇ ਕੋਈ ਚੱਕਰ ਇਹਦੇ ਵਿੱਚ ਐਵੇਂ ਲੱਗਦਾ ਜਿਵੇਂ ਚਾਂਦੀ ਜੀ ਪਾਈ ਹੋਵੇ ਉਹੀ ਚੀਜ਼ ਹੈ ਨਾ ਆ ਲੈ ਵਿਆਹੀ ਇੱਕ ਵਾਰੀ ਜਿੰਨੇ ਭਰਾ ਵੀ ਦੇਖ ਰਹੇ ਨੇ ਨਾ ਜੇ ਤੁਹਾਨੂੰ ਲਾਈਟਿੰਗ ਪੈ ਰਹੀ ਹੈ ਨਾ ਪ੍ਰੋਪਰ ਇਹ ਤਾਂ ਬਾਈ ਵਜਨੇ ਬੜਾ ਜ਼ਿਆਦਾ ਬਾਈ ਹੈ ਲੈ ਵਰਬਾ ਆਹ ਕਰੋ ਚੈੱਕ ਇੱਕ ਤਾਂ ਦੀ ਆਹ ਮੋਟਾਈ ਚੈੱਕ ਕਰਾ ਦੇ ਜਿੰਨੇ ਵੀਰ ਦੇਖ ਰਹੇ ਨੇ ਕਾਫੀ ਜ਼ਿਆਦਾ ਹੈਵੀ ਕੁਆਲਿਟੀ 'ਚ ਹੈ ਅਤੇ ਇਹਦੇ ਵਿੱਚ ਨਾ ਤੁਹਾਨੂੰ ਹਲਕੀ ਹਲਕੀ ਸ਼ਾਈਨਿੰਗ ਆਊਗੀ ਜਿਵੇਂ ਇਹਦੇ ਵਿੱਚ ਚਾਂਦੀ ਚਲਾਈ ਹੋਈ ਇਹਦਾ ਕੀ ਚੱਕਰ ਆਪਾਂ ਦੇਖਦੇ ਹੁੰਦੇ ਹਾਂ ਕਿਸੇ ਵੀਰ ਭਰਾ ਨੂੰ ਆਪਣੇ ਨਾਲ ਸ਼ੌਂਕ ਹੁੰਦਾ ਹੈਗਾ ਯਾਰ ਅਲੱਗ ਅਲੱਗ ਤਰ੍ਹਾਂ ਦੇ ਹੈ ਨਾ ਜਿਵੇਂ ਉਹ ਦੇਖੋ ਚਾਰ ਟੈਲਾਂ ਮਿਲਾ ਕੇ ਬਣੀ ਹੋਈ ਹੈ ਨਾ ਇਹ ਵੀ ਇਹ 'ਚ ਆ ਗਈਆਂ ਆਪਣੀਆਂ 6 ਹੈ ਨਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿੰਨੇ ਭਰਾ ਆਪਣੇ ਇਹ ਵੀਡੀਓ ਦੇਖ ਰਹੇ ਨੇਗੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਮਾਰਬਲ ਸਟੋਰ ਔਰ ਮੈਂ ਗੱਲ ਕਰਾਂ ਕਿ ਬਈ ਸਭ ਤੋਂ ਸਸਤਾ ਵੀ ਹੋਣ ਵਾਲਾ ਹੈ ਔਰ ਇਹ ਗੱਲ ਨਹੀਂ ਹੋਊਗੀ ਕਿ ਸਸਤਾ ਕਿ ਮਾੜੀ ਕੁਆਲਿਟੀ ਉਸਰੇ ਦੀ ਟੌਪ ਕੁਆਲਿਟੀ ਦਾ ਜੇ ਤੁਸੀਂ ਮਾਰਬਲ ਲੈਣਾ ਟਾਈਲਾਂ ਲੈਣੀਆਂ ਨੇ ਤਾਂ ਅੱਜ ਆਪਾਂ ਸਟੋਰ 'ਤੇ ਵਿਜ਼ਿਟ ਕਰਿਆ ਘਰਾਂ ਦੇ ਵਿੱਚ ਮੈਂ ਕਹਿੰਦਾ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੋਊਗੀ ਜਿੱਥੇ ਤੁਸੀਂ ਮਾਰਬਲ ਲਾਉਣ ਦੀ ਜੇ ਸੋਚ ਰਹੇ ਹੋ ਤਾਂ ਆਹ ਵੀਡੀਓ ਇੱਕ ਵਾਰੀ ਧਿਆਨ ਨਾਲ ਜ਼ਰੂਰ ਦੇਖ ਲਿਓ ਭਾਵੇਂ ਤਾਂ ਵੀਰੇ ਇਹਦੇ ਨਾਲ ਦਾ ਵੱਡਾ ਪੱਥਰ ਹੋ ਗਿਆ ਭਾਵੇਂ ਆਪਣੀਆਂ ਟਾਈਲਾਂ ਹੋਈਆਂ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਬੈੱਡਰੂਮ 'ਚ ਲਾਉਣੀਆਂ ਨੇ ਹਾਲ 'ਚ ਲਾਉਣੀਆਂ ਨੇ ਕਿਚਨ ਦੀਆਂ ਟਾਈਲਾਂ ਔਰ ਇੰਨੇ ਜ਼ਿਆਦਾ ਡਿਜ਼ਾਈਨ ਦਿਖਾ ਦੂੰਗਾ ਤੁਸੀਂ ਐਂ ਕਹਿ ਦੋਗੇ ਕਿ ਬਈ ਸਵਾਦ ਆ ਗਿਆ ਮੈਂ ਕਹਿੰਦਾ ਰਾਜਸਥਾਨ ਜਾਣਾ ਭੁੱਲ ਜਾਓਗੇ ਉੱਥੋਂ ਉਹਨਾਂ ਨੇ ਕੱਟ ਕੇ ਆਉਂਦਾ ਉੱਥੇ ਜਾਣਾ ਭੁੱਲ ਜਾਓ ਕੋਈ ਚੱਕਰ ਨਹੀਂ ਬਾਈ ਨਾਮ ਲਾਉਣਾ ਸਭ ਤੋਂ ਪਹਿਲਾਂ ਤਾਂ ਐਡਰੈਸ ਚੈੱਕ ਕਰ ਲਓ ਕ੍ਰਿਸ਼ਨਾ ਮਾਰਬਲਸ ਤਪਾ ਦੇ ਨਾਮ 'ਤੇ ਹੈ ਅਤੇ ਕਿਹੜੀ ਕਿਹੜੀ ਕੁਆਲਿਟੀ ਦਾ ਤੁਹਾਨੂੰ ਇੱਥੇ ਸਮਾਨ ਮਿਲੂ ਸਾਰੀ ਗੱਲਬਾਤ ਕਰਾਂਗੇ ਵੀਰੇ ਔਰ ਬਿਲਟਅਪ ਕੁਆਲਿਟੀ ਦਿਖਾਊਂਗਾ ਤੁਹਾਨੂੰ ਵੀ ਕਿੱਦਾਂ ਦੀ ਕੁਆਲਿਟੀ ਇਹਨਾਂ ਕੋਲ ਹੈਗਾ ਬਾਈ ਨਾਲ ਚੱਲਦੇ ਕਰਦੇ ਗੱਲਬਾਤ ਅਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਜ਼ਰੂਰ ਕਰੋ ਜਿੰਨੇ ਭਰਾ ਦੇਖ ਰਿਹਾ ਜੀ ਆਪਣੇ ਨਾਲ ਹੈ ਪਹਿਲਾਂ ਤਾਂ ਵੀਰੇ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਆਪਣੇ ਚੈਨਲ 'ਤੇ ਲੈ ਬਾਈ ਬਾਈ ਹੋਰਾਂ ਨੇ ਕਹਿੰਦਾ ਸਿਰਾ ਗੱਲਬਾਤ ਕਰੀ ਪਈ ਹੈ ਕਿ ਬਾਈ ਖੁੱਲ੍ਹਾ ਚੈਲੰਜ ਮਾਰਕੀਟ ਦਾ ਹੈ ਕਹਿੰਦਾ ਬਾਈ ਰਾਜਸਥਾਨ ਤੱਕ ਜਾਏ ਜਾਏ ਅਤੇ ਬਾਈ ਜੀ ਜਿੰਨੇ ਆਪਣੇ ਵਿਊਰ ਦੇਖ ਰਹੇ ਨੇ ਇੱਕ ਵਾਰੀ ਜਿੰਨੇ ਆਪਣੇ ਭਰਾਵਾਂ ਨੂੰ ਪ੍ਰੋਪਰ ਐਡਰ ਦੱਸ ਦਿਓ ਤਾਂ ਜੋ ਮਾੜਾ ਮੋਟਾ ਖੱਜਲ ਖਬਰੀ ਜੀ ਨਾ ਹੋਵੇ ਉਹਨਾਂ ਨੂੰ ਇਹ ਤਪਾ ਮੰਡੀ ਆਲੀ ਕੇ ਰੋਡ ਦਰਾਜ ਵਾਲੇ ਫਾਟਕ ਲੰਘਦੇ ਸਾਰ ਕ੍ਰਿਸ਼ਨਾ ਮਾਰਬਲ
ਰੋਡ ਦੇ ਉੱਪਰ ਹੀ ਪੈ ਜਾਂਦਾ ਜਿਹੜਾ ਆਪਣਾ ਵੈਸੇ ਤਾਂ ਮੇਨ ਰੋਡ ਦੇ ਉੱਤੇ ਹੀ ਬਾਕੀ ਗੂਗਲ ਤੇ ਲੋਕੇਸ਼ਨ ਪਈ ਹੈ ਆਪਣੀ ਪਈ ਹੈ ਜੀ ਬਿਲਕੁਲ ਪਈ ਹੈ ਹਨਾ ਹਾਂਜੀ ਬਾਕੀ ਆ ਸਰਚ ਕਰ ਲਓ ਜੀ ਆਪਣਾ ਕ੍ਰਿਸ਼ਨਾ ਮਾਰਬਲ ਤਪਾ ਦੇ ਨਾਮ ਤੇ ਗੂਗਲ ਤੇ ਲੋਕੇਸ਼ਨ ਪਈ ਹੈ ਤੁਸੀਂ ਐਗਜ਼ੈਕਟ ਉਰੇ ਲੋਕੇਸ਼ਨ ਤੇ ਪਹੁੰਚ ਗਏ ਹੁਣ ਗੱਲ ਕਰਾਂਗੇ ਮਿੱਤਰੋ ਰੇਟ ਪ੍ਰਾਈਸ ਦੀ ਜਿੰਨਾ ਵੀ ਆਪਾਂ ਤੁਹਾਨੂੰ ਮਟੀਰੀਅਲ ਦਿਖਾਵਾਂਗੇ ਵੀਰ ਬਣ ਕੇ ਜਿੰਨੇ ਭਰਾ ਦੇਖ ਰਹੇ ਨੇ ਪਹਿਲਾਂ ਸਕਰੀਨਸ਼ਾਟ ਕਰੀ ਚੱਲਿਓ ਕਿਉਂਕਿ ਨਾ ਹੁਣ ਜੋ ਜੋ ਆਪਾਂ ਸਟੈਪ ਦਿਖਾਵਾਂਗੇ ਹਰੇਕ ਦਾ ਰੇਟ ਅਲੱਗ ਅਲੱਗ ਹੁੰਦਾ ਕੁਆਲਿਟੀ ਅਲੱਗ ਅਲੱਗ ਹੋਊਗੀ ਨਾ ਵੀਰੇ ਬਿਲਕੁਲ ਤੇ ਕਰੋ ਜੀ ਸਟਾਰਟਿੰਗ ਫਿਰ ਆਪਾਂ ਸ਼ੁਰੂ ਕਰਦੇ ਹਾਂ ਗ੍ਰੇਨਾਈਟਸ ਤੋਂ ਵੀਰੇ ਹਾਂਜੀ ਆਪਣੇ ਕੋਲ ਸਾਊਥ ਦੇ ਗ੍ਰੇਨਾਈਟ ਦੀ ਸਾਰੀ ਵੈਰਾਈਟੀ ਮਿਲ ਜਾਊਗੀ ਇੱਧਰ ਦਾ ਸਟਾਰਟ ਕਰੀ ਆਪਾਂ ਹਾਂਜੀ ਲੈ ਇੱਕ ਵਾਰੀ ਜਿੰਨੇ ਵੀਰ ਦੇਖਣਾ ਥੋੜਾ ਜਿਹਾ ਮਾਗਰੋ ਕੇ ਇੱਧਰ ਚੱਕਰਾ ਦੇ ਇੱਕ ਵਾਰੀ ਇਹ ਸਾਊਥ ਵਾਲੇ ਗ੍ਰੇਨਾਈਟ ਜੀ ਆਪਣੇ ਕੋਲ ਐਂ ਲਗਾ ਲਓ 95-95 ਰੁਪਏ ਤੋਂ ਸ਼ੁਰੂ ਹੁੰਦੇ 100 ਤੋਂ ਨੀਚੇ ਸਾਊਥ ਵਾਲੇ ਗ੍ਰੇਨਾਈਟ ਬਹੁਤ ਘੱਟ ਮਿਲਣਗੇ ਤੁਹਾਨੂੰ ਇਹ ਜਿਹੜਾ ਤੁਸੀਂ ਵਰਡ ਬੋਲਿਆ ਜੀ ਸਾਊਥ ਹਨਾ ਮੈਂ ਦੇਖੋ ਚਲੋ ਇਹ ਲੈਣ ਦੇ ਵਿੱਚ ਮੈਨੂੰ ਜ਼ਿਆਦਾ ਐਕਸਪੀਰੀਅੰਸ ਤਾਂ ਹੈ ਨਹੀਂ ਮੈਂ ਤੁਹਾਤੇ ਪੁੱਛੂੰਗਾ ਵੀ ਬਾਕੀ ਨਾਲ ਇਹਦਾ ਡਿਫਰੈਂਸ ਕੀ ਹੁੰਦਾ ਹੈਗਾ ਇਹਦੀ ਕੁਆਲਿਟੀ ਹੁੰਦੀ ਹੈ ਜਿਹੜੀ ਬਹੁਤ ਚੰਗੀ ਹੁੰਦੀ ਹੈ ਜਿਹੜਾ ਇਹਦਾ ਗੋਲਾ ਬਣਦਾ ਬਿਲਕੁਲ ਨੈਚੁਰਲ ਬਣਦਾ ਇਹਦਾ ਕਲਰ ਫੇਡ ਨਹੀਂ ਹੁੰਦਾ ਜਿਵੇਂ ਮਰਜ਼ੀ ਧੁੱਪੇ ਜਿੱਥੇ ਮਰਜ਼ੀ ਲੱਗੀ ਜਾਵੇ ਜਿਵੇਂ ਹੈਗਾ ਉਵੇਂ ਹੀ ਰਹੂਗਾ ਉਹ ਮੋਸਟਲੀ ਜਿਹੜੀ ਸਭ ਤੋਂ ਵੱਡੀ ਮੇਨ ਦਿੱਕਤ ਇਹੀ ਹੁੰਦੀ ਹੈਗੀ ਜਦੋਂ ਆਪਾਂ ਆਊਟਡੋਰ ਦੇ ਵਿੱਚ ਪੱਥਰ ਲਾ ਲਿਆ ਉਹਦਾ ਰੰਗ ਫਿੱਟ ਜਾਂਦਾ ਥੋੜ੍ਹਾ ਟਾਈਮ ਬਾਅਦ ਵੀ ਇਹਦੀ ਆਪਣੀ ਜ਼ਿੰਮੇਵਾਰੀ ਪੂਰੀ ਰਹੂਗੀ ਬਿਲਕੁਲ ਰਹੂਗੀ ਇਹ ਜਿਹੜੀ ਮੋਟਾਈ ਵੀ ਇਹਦੀ ਆਮ ਗ੍ਰੇਨਾਈਟ ਨਾਲੋਂ 4-5 mm ਜ਼ਿਆਦਾ ਹੁੰਦੀ ਹੈ ਓਕੇ ਇਹ ਸਪੈਸ਼ਲ ਕੁਆਲਿਟੀ ਦਾ ਮਟੀਰੀਅਲ ਆਪਣੇ ਕੋਲ ਬਿਲਕੁਲ ਇਹ ਬਹੁਤ ਦੂਰੋਂ ਆਉਂਦਾ ਸਾਊਥ ਤੋਂ ਆਉਂਦਾ ਲਗਾ ਲਓ ਇੱਥੇ ਰੱਖ ਹੈ ਸਾਊਥ ਮੂਵੀਆਂ ਮਸ਼ਹੂਰ ਹੋਈਆਂ ਨੇ ਅੱਜ ਸਾਊਥ ਵਾਲਾ ਆਪਾਂ ਨੇ ਗ੍ਰੇਨਾਈਟ ਮਸ਼ਹੂਰ ਕਰ ਦੇਣਾ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਵੀ ਕੀ ਆਪਣਾ ਰੇਟ ਪ੍ਰਾਈਸ ਕੀ ਰਹਿੰਦਾ ਤਾਂ ਇਹ 90-95 ਰੁਪਏ ਤੋਂ ਸ਼ੁਰੂ ਹੋ ਕੇ 200 ਰੁਪਏ ਤੱਕ ਮਿਲ ਜਾਏਗਾ ਆਪਾਂ ਮਿਲ ਜਾਂਦਾ ਆਪਾਂ ਹਾਂਜੀ ਹਾਂਜੀ ਹੋਊਗਾ ਸਾਊਥ ਵਾਲਾ ਹੋਊਗਾ ਸਾਊਥ ਵਾਲਾ ਹਾਂਜੀ ਸਾਊਥ ਦੇ ਵਿੱਚ ਆਪਸ਼ਨ ਜੇ ਆਪਾਂ ਗੱਲ ਕਰੀਏ ਕਲਰ ਦੀ ਕਿਹੜੇ ਕਿਹੜੇ ਅਵੇਲੇਬਲ ਕਲਰ ਦੀ ਕਾਫੀ ਬ੍ਰਾਊਨ ਆ ਗਿਆ ਜੀ ਹਾਂਜੀ ਇਹ ਗ੍ਰੇ ਆ ਗਿਆ ਜੀ ਹਾਂਜੀ ਹਨੀ ਬ੍ਰਾਊਨ ਆ ਗਿਆ ਜੀ ਇੱਕ ਵਾਰੀ ਇਧਰਲੇ ਪਾਸੇ ਸਾਰਾ ਜਿੰਨਾ ਵੀ ਮਟੀਰੀਅਲ ਪਿਆ ਆਪਾਂ ਸਾਊਥ ਵਾਲਾ ਹਨਾ ਇਹ ਵਾਲਾ ਜੀ ਸਟੀਲ ਗ੍ਰੇ ਆ ਗਿਆ ਜੀ ਓਕੇ ਇਹ ਵੀ ਪਈ ਇਹਨਾਂ ਨਾਲ ਸਟੀਲ ਗ੍ਰੇ ਹਾਂਜੀ ਤੇ ਇਸ ਤੋਂ ਇਲਾਵਾ ਹਨੀ ਬ੍ਰਾਊਨ ਆ ਗਿਆ ਜੀ ਓਕੇ 10 ਬਲੈਕ ਆ ਗਿਆ ਜੀ ਟੋਟਲ ਆਪਣੇ ਕੋਲ ਕਿੰਨੇ ਕਲਰ ਅਵੇਲੇਬਲ ਨੇ ਇਹ ਸਾਊਥ ਚ 10-15 ਕਲਰ ਅਵੇਲੇਬਲ ਨੇ ਆਪਣੇ ਅਵੇਲੇਬਲ ਹੈਗੇ ਨਾ 10 ਤੋਂ 15 ਕਲਰ ਅਵੇਲੇਬਲ ਹੋ ਜਾਣਗੇ ਜਿਹੜਾ ਬਾਈ ਨੇ ਆਹ ਕੁਆਲਿਟੀ ਬੋਲੀ ਹੈਗੀ ਸਾਊਥ ਗ੍ਰੇਨਾਈਟ ਹਨਾ ਹਾਂਜੀ ਇਹ ਤੋਂ ਬਾਅਦ ਆ ਜਾਂਦੀ ਆਪਣੀ ਦੂਜੀ ਕੁਆਲਿਟੀ ਜਿਹੜੀ ਸ਼ੁਰੂ ਹੋ ਜਾਂਦੀ ਹੈ 55-60 ਰੁਪਏ ਤੋਂ ਓਕੇ ਆਪਾਂ ਕਹਿੰਦੇ ਨੇ ਫਲਾਣਾ ਦਾ ਅੱਛਾ ਇੱਕ ਚੀਜ਼ ਇੱਕੋ ਜੀ ਹੋਰ ਦੱਸੋ ਜਿਹੜਾ ਸਾਊਥ ਵਾਲਾ ਜ ਆਪਣਾ ਵੀਰ ਭਾਈ ਕਿਤੇ ਹੋਰ ਗਿਆ ਟ੍ਰਾਈ ਟ੍ਰੂਈ ਮਾਰਨ ਉਹਨੂੰ ਵੈਸੇ ਮਾਰਕੀਟ ਦੇ ਵਿੱਚ ਲੋਕ ਪਤਾ ਹੋਊਗਾ ਵੀ ਕੀ ਵਿਕ ਰਹੇ ਬਿਲਕੁਲ ਜੀ ਬਿਲਕੁਲ ਅਸੀਂ ਜੋ ਚੀਜ਼ ਦਵਾਂਗੇ ਕਹਿ ਕੇ ਦਵਾਂਗੇ ਹਾਂ ਉਦੋਂ ਬਾਅਦ ਵੀ ਕੋਈ ਦਿੱਕਤ ਆਉਂਦੀ ਹੈ ਅਸੀਂ ਜ਼ਿੰਮੇਵਾਰ ਅੱਛਾ ਆਪਣਾ ਫਿਰ ਵੀ ਸਸਤਾ ਹੀ ਆ ਸਸਤਾ ਹੀ ਆ ਲੈ ਬਾਈ ਆ ਜਾ ਵੀ ਅੱਗੇ ਕੁਆਲਿਟੀ ਜਿਹੜੇ ਆਪਾਂ ਕਹਿੰਦੇ ਆ ਵੀ 55-60 ਰੁਪਏ ਤੋਂ ਸ਼ੁਰੂ ਹੋ ਜਾਂਦਾ ਵੀ ਸਾਨੂੰ ਤਾਂ ਫਲਾਣਾ ਇਹ ਰੇਟ ਦਿੰਦਾ ਫਲਾਣਾ ਉਹ ਰੇਟ ਦਿੰਦਾ ਉਹ ਦੇਖੋ ਜੇ ਕਿਸੇ ਨੇ ਪੱਲੇ ਉਹਦਾ ਦੇਣੇ ਕੋਈ ਨਹੀਂ ਸਹੀ ਗੱਲ ਉਹ ਚੀਜ਼ ਹੋ ਜੀ ਮਿਲ ਜਾਣੀ ਆਪਾਂ ਹੁਣ ਇਹ ਕਲਰ ਪਏ ਨੇ ਇਹ 60-65 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇਗੇ ਆਹ ਵਾਲੇ ਇਹ ਹੋ ਗਿਆ ਇਹ ਹੋ ਗਿਆ ਇਹਨਾਂ ਦਾ ਨਾਮ ਕੀ ਆ ਜਾਂਦਾ ਜੀ ਵੈਸੇ ਇਹ ਰਾਜਸਥਾਨੀ ਗ੍ਰੇਨਾਈਟਸ ਹੁੰਦੇ ਨੇ ਵੀਰੇ ਹਾਂ ਆਹ ਚੀਜ਼ਾਂ ਮੇਨ ਹੈਗੀਆਂ ਮਿੱਤਰੋ ਦੇਖੋ ਪੱਥਰਾਂ ਦੇ ਵਿੱਚ ਤੇ ਕੱਪੜਿਆਂ ਦੇ ਵਿੱਚ ਕਹਿੰਦੇ ਵੀਰੇ ਉੱਲਾ ਬਹੁਤ ਹੁੰਦਾ ਹਨਾ ਲੋਕਾਂ ਨੂੰ ਨਾ ਅਸਲ ਦੇ ਵਿੱਚ ਚੀਜ਼ ਦਾ ਨਹੀਂ ਪਤਾ ਲੱਗਦਾ ਉਹ ਜਿਵੇਂ ਬਾਈ ਨੇ ਕਿਹਾ ਸਾਊਥ ਤੇ ਇਹ ਆ ਗਿਆ ਆਪਣੇ ਰਾਜਸਥਾਨੀ ਗ੍ਰੇਨਾਈਟ ਜਿਹੜੇ ਕਿ ਰਾਜਸਥਾਨ ਦੇ ਵਿੱਚ ਕੱਟਿੰਗ ਇਹਨਾਂ ਦੇ ਵੀ ਨੈਚੁਰਲ ਆਉਂਦੇ ਨੇ ਕੁਝ 70-80 ਰੁਪਏ ਦੀ ਰੇਂਜ ਚ ਜਿੱਦਾਂ ਦੇ ਮਰਜ਼ੀ ਲੈ ਜਾਓ ਆਪਣੇ ਕੋਲ 30 ਤੋਂ 40 ਕਲਰਸ ਅਵੇਲੇਬਲ ਨੇ ਟੋਟਲ ਗ੍ਰੇਨਾਈਟ ਦੇ ਲਾ ਲਓ 50-60 ਸ਼ੇਡ ਆਪਣੇ ਕੋਲ ਪਏ ਨੇ ਇਹ ਨੈਚੁਰਲ ਆ ਗਿਆ ਵੀਰੇ ਹਾਂ 70 ਰੁਪਏ ਦੇ ਰੇਟ ਦੇ ਵਿੱਚ ਠੀਕ ਹੈ ਇੱਦਾਂ ਦੀ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਸਾਰੀਆਂ ਨਵੀਂ ਤੋਂ ਨਵੀਂ ਆਪਣੇ ਕੋਲ ਇਹਦੇ ਵਿੱਚ ਕਲਰ ਕਿੰਨੇ ਕਿਹਾ ਸੀ ਉਹਨੇ ਜ਼ਿਆਦਾ ਕਿਹਾ ਸੀ ਨਾ ਹਾਂਜੀ 50-60 ਕਲਰ ਮਿਲ ਜਾਣਗੇ ਸਾਰੇ 50 ਤੋਂ ਗਡਾਊਨ ਆਪਣਾ ਦੇਖੋ ਪੂਰਾ ਭਰਿਆ ਹੋਇਆ ਸਾਰਾ ਨਾਲੇ ਇਹ ਵੈਸੇ ਕੁਆਂਟੀਟੀ ਦੇ ਵਿੱਚ ਆਪਸ਼ਨ ਦੇਖੋ ਮਤਲਬ 50-60 ਕਲਰਾਂ ਦਾ ਲੋਕ ਘਰੇ ਰੰਗ ਨਹੀਂ ਕਰਾਉਂਦੇ ਨੇ ਜਿਹੜੇ ਸਨ ਆਪਣੇ ਨਵੇਂ ਗ੍ਰੇਨੇਡ ਪਿਆ ਬਾਲ ਬਿਲਕੁਲ ਕੁਆਂਟੀਟੀ ਪੂਰੀ ਚਾਹੀਏ ਤੁਸੀਂ 10-10 ਹਜ਼ਾਰ ਫੁੱਟ ਲੈ ਲਓ ਮਾਲ ਓਕੇ ਉਹ ਅਸੀਂ ਦਵਾਂਗੇ ਤੁਹਾਨੂੰ ਰੇਟ ਪ੍ਰਾਈਸ ਦਾ ਵੀ ਚੈਲੰਜ ਰਹੂਗਾ ਚੈਲੰਜ ਰਹੂਗਾ ਬਿਲਕੁਲ ਲਓ ਯਾ ਇੱਕ ਵਾਰੀ ਨਾ ਜਿੰਨਾ ਵੀ ਆ ਮਟੀਰੀਅਲ ਪਿਆਗਾ ਵੈਸੇ ਕਲਰ ਚੋਇਸ ਤੁਹਾਡੀ ਆਪਦੀ ਹੋਊਗੀ ਤੇ ਇਹਦਾ ਸਟਾਰਟਿੰਗ ਆਪਣਾ ਰੇਟ ਤੁਸੀਂ ਦੱਸਿਆ ਸੀਗਾ 55-60 ਰੁਪਏ 55-60 ਰੁਪਏ ਜਿਵੇਂ ਜਿਵੇਂ ਵੀਰੇ ਅੱਗੇ ਅੱਗੇ ਕੁਆਲਿਟੀ ਥੋੜੀ ਜਿਹੀ ਵਧੀ ਜਾਊਗੀ ਥੋੜੀ ਜਿਹੀ ਮੋਟਾਈ ਵਧ ਗਈ ਥੋੜਾ ਜਿਹਾ ਕਲਰ ਵਧੀਆ ਆ ਗਿਆ ਫਰਕ ਆ ਰੇਟ ਦਾ ਫਰਕ ਰੇਟ ਦਾ ਫਰਕ ਹੋਈ ਜਾਂਦਾ ਨਾ ਤੇ ਇਸ ਤੋਂ ਇਲਾਵਾ ਉਹ ਆਪਣੇ ਮਗਰਲੇ ਪਾਸੇ ਟਾਈਲਾਂ ਦਾ ਸਟਾਕ ਪੈ ਜਾਣਾ ਹਾਂਜੀ ਇਹ ਸਾਰਾ ਆਪਣੇ ਗਡਾਊਨ ਭਰੇ ਹੋਏ ਨੇ ਉੱਥੇ ਤੱਕ ਐਂਡ ਤੱਕ ਤੇ ਹੁਣ ਜਿਹੜੀ ਸਭ ਤੋਂ ਵੱਡੀ ਯੂਨੀਕ ਚੀਜ਼ ਹੈ ਮੈਂ ਨਾ ਉਹ ਜਿਵੇਂ ਬਾਕਸ ਮਟੀਰੀਅਲ ਵੀਰੇ ਵਾਧੂ ਪਿਆਗਾ ਹੁਣ ਆਪਾਂ ਨਾ ਤੁਹਾਨੂੰ ਜਿਵੇਂ ਉਹ ਅੰਦਰ ਆਪਣੇ ਕੋਲ ਉਹ ਪਏ ਨੇ ਡਿਜ਼ਾਈਨ ਤੇ ਪੀਸ ਮਟੀਰੀਅਲ ਲਾ ਲਓ ਉਹ ਦਿਖਾਈਏ ਚੱਲ ਕੇ ਜੀ ਇੱਕ ਵਾਰੀ ਲਓ ਜੀ ਇਹ ਹੈਗਾ ਸੀ ਗ੍ਰੇਨਾਈਟ ਬਈ ਜਿੰਨਾ ਵੀ ਦੇਖ ਰਹੇ ਹੋ ਤੁਸੀਂ
ਬਾਕੀ ਰੇਟ ਪ੍ਰਾਈਸ ਦਾ ਕੋਈ ਚੱਕਰ ਨਹੀਂ, ਆਪਣੇ ਚੈਨਲ ਦਾ ਨਾਮ ਲੈ ਕੇ ਥੋੜ੍ਹਾ ਬਹੁਤ ਹੋਰ ਡਿਸਕਾਊਂਟ ਕਰਾ ਦਾਂਗੇ, ਬਿਲਕੁਲ ਜੀ ਬਿਲਕੁਲ, ਕੋਈ ਦਿੱਕਤ ਨਹੀਂ। ਅਤੇ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਇੱਕ ਵਾਰੀ, ਤਾਂ ਜੋ ਨਾ ਕਿਸੇ ਭਰਾ ਕੋਈ ਸੋਚ ਰਿਹਾ ਹੁੰਦਾ ਯਾਰ ਮੈਂ ਕਿੱਥੇ ਜਾਵਾਂ, ਮੈਨੂੰ ਵਧੀਆ ਕੁਆਲਿਟੀ ਦਾ ਜੈਜਟ ਕਿੱਥੇ ਮਿਲੂ, ਤਾਂ ਤੁਸੀਂ ਇੱਕ ਵਾਰੀ ਹੋਰ ਵਿਜ਼ਿਟ ਕਰ ਸਕਦੇ ਹੋ। ਆਪਾਂ ਨੂੰ ਦੇਖਣ 'ਚ ਤਾਂ ਕੋਈ ਹਰਜ ਨਹੀਂ, ਇੱਕ ਵਾਰੀ ਦੇਖ ਕੇ ਜ਼ਰੂਰ ਜਾਓ। ਲਓ ਵੀ ਦੋਸਤੋ, ਜਿਹੜੀ ਹੁਣ ਮੈਂ ਤੁਹਾਨੂੰ ਵੀਰੇ ਵਰਾਇਟੀ ਲੱਗਿਆ ਦਿਖਾਉਣਾ, ਮੈਂ ਕਹਿੰਦਾ ਬਾਈ ਬੰਦਾ ਗਿਣਦਾ ਗਿਣਦਾ ਥੱਕ ਜਾਊ, ਡਿਜ਼ਾਇਨ ਇੰਨੇ ਨੇ ਹੈ ਨਾ। ਔਰ ਸਭ ਤੋਂ ਵਧੀਆ ਗੱਲ ਕੀ ਹੋਊਗੀ, ਤੁਹਾਨੂੰ ਇੱਕ ਹੀ ਕਾਊਂਟਰ ਥੱਲੇ, ਜਿਵੇਂ ਕਿ ਮੰਨ ਕੇ ਚਲੋ ਆਪਣੇ ਘਰ ਵਾਟਰ ਸਪਲਾਈ ਦਾ ਕੋਈ ਵੀ ਅਸੈਸਰੀ ਲੈਣੀ ਹੈ, ਸ਼ੀਟਾਂ ਵਗੈਰਾ, ਸ਼ਿੰਕ ਵਗੈਰਾ, ਉਹ ਟੂਟੇ ਟਾਟੇ ਆਪਣੇ ਕੋਲ ਸਾਰਾ ਕੁਛ ਅਵੇਲੇਬਲ ਵਗੈਰਾ ਵੀ ਮਿਲ ਜਾਣਗੇ, ਆਸ਼ੀਰਵਾਦ ਦੀ ਫਿਟਿੰਗ ਵਗੈਰਾ ਸਾਰਾ ਕੁਛ ਮਿਲ ਜੂ, ਚੱਕ ਦਾਂਗੇ ਫਟੇ। ਜਿਹੜਾ ਬੰਦਾ ਘਰ ਦਾ ਪੂਰਾ ਕੰਪਲੀਟ ਕੰਮ ਕਰਾ ਰਿਹਾ, ਚੁੱਪ ਕਰਕੇ ਉਰੇ ਆ ਜਾਏ, ਉਹ ਤੋਂ ਆ ਜਾਏ ਐਂਡ ਤੱਕ ਸਮਾਨ ਦਵਾਂ, ਤੇ ਰੇਟ ਪ੍ਰਾਈਸ ਤੇ ਕੁਆਲਿਟੀ ਦੀ ਕੀ ਜਿੰਮੇਵਾਰੀ। ਹੁਣ ਆਪਾਂ ਸ਼ੁਰੂ ਕਰਦੇ ਆਂ ਵੀਰੇ, ਫਰੰਟ ਆਪਾਂ ਸਭ ਤੋਂ ਐਂਟਰ ਕਰਦੇ ਆਂ ਘਰ 'ਚ 16x16 ਦੀ ਜਿਹੜੀ ਪਾਰਕਿੰਗ ਟਾਈਲ ਹੁੰਦੀ ਹੈਗੀ, ਹਾਂਜੀ ਉੱਥੋਂ ਸ਼ੁਰੂ ਕਰਦੇ ਆਂ। ਇੱਕ ਟਾਈਲ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਆਪਣੇ ਭਰਾ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਸੰਤੁਸ਼ਟੀ ਕਰਾ ਦਿਓ ਕਿ ਆਪਣੀ ਇਹਦੀ ਜ਼ਿੰਮੇਵਾਰੀ ਕੀ ਰਹੂਗੀ। ਇਹ ਆਪਣਾ ਮਾਲ 100% ਪ੍ਰੀਮੀਅਮ ਹੋਊਗਾ ਜੀ, ਰੈਗੂਲਰ ਮਾਲ ਹੋਊਗਾ, ਜਿੰਨਾ ਮਰਜ਼ੀ ਲੈ ਲਿਓ। ਹਾਂ, ਤੁਸੀਂ ਆਪਾਂ ਕਹਿੰਦੇ 10,000 ਸਕੇਅਰ ਫੁੱਟ ਲੈਣਾ, 20,000 ਸਕੇਅਰ ਫੁੱਟ ਲੈਣਾ, ਜਿਹੜਾ ਟਰਾਂਸਪੋਰਟੇਸ਼ਨ ਦੇ ਟਾਈਮ ਲੱਗਣਾ ਉਹ ਜ਼ਰੂਰ ਲੈਣਾ, ਪਰ ਟਾਈਮ 'ਤੇ ਤੁਹਾਨੂੰ ਚੀਜ਼ ਜ਼ਰੂਰ ਦੇ ਦਾਂਗੇ। ਇੱਕ ਹੋਰ ਚੀਜ਼ ਹੋ ਜਾਂਦੀ ਹੈ, ਕਈ ਵਾਰ ਨਾ ਟਾਇਲ ਦੀ ਜੋ ਕੁਆਲਿਟੀ ਮਾੜੀ ਆ, ਜੇ ਕੋਈ ਥੋੜ੍ਹਾ ਟਾਈਮ ਬਾਅਦ ਰੰਗ ਰੁੰਗ ਫਿੱਟ ਜਾਂਦਾ ਵੀ ਆਪਣੇ ਕੋਲ ਨਹੀਂ ਹੁੰਦੀ, ਉਹ ਤਾਂ ਹੀ ਤਾਂ ਕਹਿੰਦੇ ਸਸਤਾ ਰਹੋਗੇ ਵਾਰ ਵਾਰ। ਹਾਂ, ਕਹਿੰਦਾ ਸਸਤਾ ਲਓਗੇ ਵਾਰ ਵਾਰ ਰਹੋਗੇ ਯਾਰ, ਪਰ ਅੱਜ ਤੁਹਾਨੂੰ ਸਸਤਾ ਦੇਵਾਂਗੇ ਪਰ ਦੇਵਾਂਗੇ ਵਧੀਆ ਹੈ ਨਾ। ਅਤੇ ਵੀਰੇ ਡਿਜ਼ਾਇਨ ਦੀ ਗੱਲ ਕਰੀਏ ਅਤੇ ਰੇਟ ਦੀ ਗੱਲ ਕਰੀਏ, ਆਪਣੇ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ 16x16 ਦੀ ਪਾਰਕਿੰਗ ਟਾਇਲ, ਇਹ ਫੁੱਲ 12mm ਹੁੰਦੀ ਹੈ, ਇਹਦੇ 'ਚ ਵੀ ਬਹੁਤ ਕੁਛ ਆ ਰਿਹਾ, ਸੈਮੀ ਵਿਕਟਰੀਫਾਈਡ, ਓਕੇ ਵਿਕਟਰੀਫਾਈਡ, ਹੋਰ ਬਹੁਤ ਕੁਛ ਆ ਰਿਹਾ, 100% ਵਿਕਟਰੀਫਾਈਡ ਟਾਇਲ ਹੈ ਅਤੇ ਪੂਰੀ ਮੋਟਾਈ 'ਚ ਟਾਇਲ। ਲੈ ਬਾਈ ਮੈਂ ਤੁਹਾਨੂੰ ਇਹੀ ਚੀਜ਼ ਕਰਦੀ, ਇਹਦੀ ਥਿਕਨੈਸ ਚੈੱਕ ਕਰੋ, ਜਿੰਨੇ ਭਰਾ ਵੀ ਦੇਖ ਰਹੇ ਨੇ, ਜੇ ਮੈਂ ਇਹਦੀ ਵੈਸੇ ਵੇਟ ਦੀ ਗੱਲ ਕਰਾਂ ਵੀਰੇ, ਕਾਫੀ ਜ਼ਿਆਦਾ ਵਧੀਆ, ਇਹ 20 ਟਨ ਵਜ਼ਨ ਪਾਸਾ, ਇਹਦੇ ਉੱਤੇ 20 ਟਨ 200 ਕੁਇੰਟਲ ਵਜ਼ਨ ਚੜ ਜੇ, ਹਾਂ ਕੋਈ ਦਿੱਕਤ ਨਹੀਂ ਆਉਂਦੀ ਟਾਇਲ ਨੂੰ। 200 ਤਾਂ ਬਹੁਤ ਹੋ ਗਿਆ, ਮੈਨੂੰ ਲੱਗਾ ਹਰ ਟੱਬਰ ਦਾ ਨਹੀਂ ਹੋਣਾ, ਬਣਾ ਕੇ ਬਾਈ ਆਹ ਕਰੋ ਚੈੱਕ, ਹਰ ਟੱਬਰ ਵੀ 2-3 ਕੁਇੰਟਲ ਦੀ ਹੋਊਗਾ ਜ਼ੋਰ ਮਾਰ ਕੇ, ਮਤਲਬ ਕਿ ਭਰੀ ਟਰਾਲੀ ਚੜ੍ਹ ਜਾਏ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ ਆਉਂਦੇ ਨਾ। ਸਭ ਤੋਂ ਵਧੀਆ ਗੱਲ ਇਹੀ, ਆਪਣੇ ਖਾਸ ਕਰ ਜਿੰਨੇ ਪਿੰਡਾਂ ਵਾਲੇ ਭਰਾ ਨੇ ਨਾ, ਆਪਣੇ ਕੋਲ ਟਰੈਕਟਰ ਉੱਟਰ ਜਿਹੇ ਹੁੰਦੇ ਨੇਗੇ, ਟਰਾਲੀਆਂ ਠਾਠ ਆ ਜਾਂਦੀਆਂ ਟਾਇਲਾਂ, ਪਰ ਜੇ ਆਹ ਮਰਜ਼ੀ ਜਿਵੇਂ ਮਰਜ਼ੀ ਮੈਂ ਬਾਈ ਵਜਨ ਇਹਦਾ ਨਾ ਕਰਦੇ, ਅਰਾਊਂਡ ਹੋਊਗਾ 8-8 ਕਿਲੋ ਦੇ ਲਵੇ, ਬਿਲਕੁਲ ਵੀਰੇ ਬਿਲਕੁਲ, ਬਹੁਤ ਲਓ ਜੀ ਆਹ ਦੇਖੋ, ਆਪਣੇ ਕੋਲ ਆਮ ਦੁਕਾਨਾਂ ਦੇ ਤੁਹਾਨੂੰ ਇਹ ਇਕੱਲੇ 16x16 ਸਾਈਜ਼ 'ਚ ਮਿਲੂ, ਹਾਂ ਸਾਡੇ ਕੋਲ ਸਾਰੇ ਸਾਈਜ਼ ਮਿਲ ਜਾਣਗੇ 12mm ਮੋਟਾਈ ਦੇ ਵਿੱਚ, ਸਪੈਸ਼ਲ ਪਾਰਕਿੰਗ ਟਾਇਲ ਹੈਗੀ ਹੈ, ਪਾਰਕਿੰਗ ਟਾਇਲਾਂ ਮਿੱਤਰੋ, ਇਹਦੇ ਵਿੱਚ ਵਰਾਇਟੀ ਕਿੰਨੀ ਆਈ ਆਪਣੇ, ਇਹ ਵਰਾਇਟੀ ਆਪਣੇ ਕੋਲ ਘੱਟੋ ਘੱਟ 40-50 ਡਿਜ਼ਾਇਨ ਮਿਲ ਜਾਣਗੇ ਇਕੱਲੀ ਪਾਰਕਿੰਗ ਟਾਇਲ ਦੇ, ਆਹ ਵੀ ਪਾਰਕਿੰਗ ਵਾਲੀ, ਇਹ ਸਾਰੀ ਪਾਰਕਿੰਗ ਹੈ, 20x20 ਸਾਈਜ਼ ਆ ਗਿਆ, ਕਿਸੇ ਦੁਕਾਨ 'ਤੇ ਨਹੀਂ ਮਿਲਦਾ, ਹਰ ਇੱਕ ਬੰਦਾ ਆਮ ਛੋਟਾ ਸਾਈਜ਼ ਮੰਗਾ ਕੇ ਕੰਮ ਚਲਾ ਰਿਹਾ, ਸਾਡੇ ਕੋਲ ਸਾਰੀ ਵਰਾਇਟੀ ਮਿਲੂਗੀ ਲੋਕਾਂ ਨੂੰ। ਜਿੰਨੇ ਭਰਾ ਦੇਖ ਰਹੇ ਨੇ ਇੱਕ ਵਾਰੀ ਆਹ ਡਿਜ਼ਾਇਨ 'ਤੇ ਜਾਤੀ ਮਰਾ ਦੇ ਇੱਕ ਵਾਰੀ, ਇਹ ਤੁਹਾਨੂੰ ਡੈਮੋ ਵਾਸਤੇ ਰੱਖੇ ਹੋਏ ਨੇ, ਜੇ ਬਾਈ ਨੇ ਕਿਹਾ ਨਾ ਟਾਇਲ ਇਹ 20x20 ਦੀ, ਇਹਦੀ ਆਪਾਂ ਥਿਕਨੈਸ ਚੈੱਕ ਕਰਦੇ ਇੱਕ ਵਾਰੀ ਚੱਕ ਕੇ, ਲਓ ਜੀ ਆਹ ਚੀਜ਼ ਚੈੱਕ ਕਰੋ, ਜਿੰਨੇ ਭਰਾ ਆਪਣੇ ਭਰਾ ਦੇਖ ਰਹੇ ਨੇ, ਮੋਟਾਈ ਮੇਨ ਚੀਜ਼ ਇਹੀ ਹੈ ਇਹਦੇ ਵਿੱਚ। ਅਤੇ ਬਾਈ ਕਹਿੰਦਾ ਟਰੈਕਟਰ ਲੰਘਾ ਤਾਂ ਟੁੱਟਦੀ, ਤਾਂ ਥੱਲੇ ਸਿੱਟੀ ਜਾਂਦਾ ਤਾਂ ਟੁੱਟੀ ਹੈ ਨਾ, ਡਿਜ਼ਾਇਨ ਦੇਖੋ ਤੁਸੀਂ 20x20 ਦੇ ਸਾਈਜ਼ ਦੇ ਵਿੱਚ। ਓਕੇ, ਇਹਦਾ ਬਾਈ ਜੀ ਰੇਟ ਰੂਟ ਕੀ ਰਹੂਗਾ ਆਪਣਾ, ਇੱਕ ਉਹਦਾ ਦੱਸ ਦਿਓ, ਇੱਕ ਇਹਨਾਂ ਦਾ ਦੱਸ ਦਿਓ। ਇਹ ਐਂ ਲਾ ਲਓ 240-45 ਰੁਪਏ ਬਾਕਸ ਤੋਂ ਸ਼ੁਰੂ ਹੋ ਜਾਂਦੇ ਨੇਗੇ, ਇੱਕ ਪੂਰਾ ਦਾ ਪੂਰਾ ਬਾਕਸ, ਉਹਦੇ ਵਿੱਚ ਕਿੰਨੇ ਪੀਸ, ਪੰਜ ਪੀਸ 16x16 ਦੇ 16x16 ਦੇ ਵੀ, ਅਤੇ 20x20 ਦੇ 5 ਹੋਣਗੇ, ਇਹਦੇ 3 ਹੋਣਗੇ, ਇਹਦੇ 3 ਹੋਣਗੇ, ਮਾਲ ਲਗਭਗ ਉਨਾ ਹੀ ਹੋਏਗਾ, ਠੀਕ ਹੈ, ਮਟੀਰੀਅਲ ਉਨਾ ਹੀ ਹੁੰਦਾ ਨਾ, ਸਕੁਅਰ ਫੁੱਟ ਦੇ ਹਿਸਾਬ ਨਾਲ ਉਨਾ ਬਣ ਜਾਂਦਾ ਹੁੰਦਾ। ਅਤੇ ਇਸ ਤੋਂ ਇਲਾਵਾ ਆਪਣੇ ਆ ਜਾਂਦਾ 2x2, ਇਹ ਨਵੀਂ ਆਈਟਮ ਹੈ ਬਿਲਕੁਲ, ਮਾਰਕੀਟ ਦੇ ਵਿੱਚ ਕਿਸੇ ਕੋਲ ਨਹੀਂ ਮਿਲਣੀ ਤੁਹਾਨੂੰ ਬਾਈ, ਇਹ ਡਿਜ਼ਾਈਨ ਬੜਾ ਯਾਰ ਖਤਰਨਾਕ ਲਈ ਫਿਰਦੇ ਤੁਸੀਂ ਯਾਰ, ਇਹਦੀ ਮੋਟਾਈ ਚੈੱਕ ਕਰੋ, ਇਹਦਾ ਵਜ਼ਨ ਦੇਖੋ ਤੁਸੀਂ, ਇੱਕ ਬੰਦੇ ਤੋਂ ਹੱਥ ਨਾਲ ਚੱਕੀ ਨਹੀਂ ਜਾਣੀ, ਉਹ ਨਾ ਉਹ ਭਰਾ ਧੱਕਾ ਕਰੀ ਜਾਂਦੇ ਆ ਬਾਈ, ਵਧੀਆ ਯਾਰ ਠੀਕ ਹੈ। ਅਤੇ ਇਹਦੀ ਵੀ ਥਿਕਨੈਸ ਲਵਿਆ ਕੇ ਦਿਖਾ ਦੇ ਇੱਕ ਵਾਰੀ, ਮੋਟਾਈ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ, 2x2 ਸਾਈਜ਼ ਦੇ ਵਿੱਚ, ਅੱਜ ਇੰਗਲਿਸ਼ ਇਹ ਬੋਲੀ ਜਾਂਦਾ ਹੈ, 2x2 ਦਾ ਹੈਵੀ ਬੜੀ ਜ਼ਿਆਦਾ ਵਧੀਆ ਹੈ ਨਾ, ਟੁੱਟੂ ਟੱਟੂ ਕਿਤੇ ਨਹੀਂ ਬਈ ਇਹ, ਜਿਵੇਂ ਮਰਜ਼ੀ ਹੈਂ ਨਾ ਟੁੱਟ ਜੂ, ਆਹ ਮੈਂ ਅਗਰ ਹੋ ਜਾ ਕੇ ਇੱਕ ਵਾਰੀ ਡੈਮੋ ਕਰਿਆ ਲਾਈਵ ਦੇਖ ਲਾ ਭਰਾ, ਮੇਰੇ ਗਲ 'ਤੇ ਨਹੀਂ ਪੈਂਦੇ, ਇੱਥੇ ਰੱਖ।
ਇਦੋਂ ਬਾਅਦ ਆ ਜਾਂਦੀ ਹੈ ਆਪਣੀ ਫਲੋਰ ਵਾਲੀ ਟਾਈਲ ਜਿਹੜੀ ਘਰ ਦੇ ਅੰਦਰ ਲੱਗਦੀ ਹੈ, ਅੰਦਰ ਲੱਗਦੀ ਹੈ, ਇਨਡੋਰ ਕਹਿੰਦੇ ਨੇ ਆਪਾਂ, ਆਪਣੇ ਕੋਲ ਸ਼ੁਰੂ ਹੋ ਜਾਂਦੀ ਹੈ 2x2 ਸਾਈਜ਼ ਤੋਂ। ਓਕੇ, ਸਾਈਜ਼ ਆਪਣੇ ਕੋਲ ਸਾਰੇ ਅਵੇਲੇਬਲ ਨੇ, ਜਿਹੜਾ ਮਰਜ਼ੀ ਲਿਆ ਛੋਟਾ ਬੜਾ। ਤੇ ਇਹ ਵੀ ਇਹਨਾਂ ਦੀ ਵੀ ਲੰਬਾਈ ਕਾਫੀ ਜ਼ਿਆਦਾ ਲੰਬੀ ਹੈ, ਇਹ 2x4 ਦਾ ਸਾਈਜ਼ ਹੈ ਵੀਰੇ। ਅੱਜ ਕੱਲ ਸਭ ਤੋਂ ਵੱਧ ਕਾਮਨ ਵਾਸ਼ਰੂਮਾਂ 'ਚ ਫਲੋਰ 'ਚ ਸਭ ਤੋਂ ਵੱਧ ਕਾਮਨ ਇਹੀ ਲੱਗ ਰਿਹਾ। ਇਹ ਤਾਂ ਲਾ ਲੈਂਦੇ ਨੇ, ਇੱਕ ਤਾਂ ਇਹਦੇ ਨਾਲ ਏਰੀਆ ਵੀ ਛੇਤੀ ਕਵਰ ਹੋ ਜਾਂਦਾ ਬੰਦੇ ਦਾ, ਹੈ ਨਾ, ਛੋਟਾ ਨਾ ਬੜਾ, ਲਗਾਉਣ 'ਚ ਵੀ ਨਹੀਂ ਕੋਈ ਦਿੱਕਤ, ਇਹਦੇ ਥੱਲੇ ਵੀ ਕੋਈ ਦਿੱਕਤ ਨਹੀਂ ਹੁੰਦੀ, ਪੋਲ ਵਗੈਰਾ ਰਹਿੰਦੀ, ਸਭ ਤੋਂ ਕਾਮਨ ਸਾਈਜ਼ ਹੈ। ਜਿਹੜੇ ਆਪਣੇ ਗਲੋਸੀ ਵਾਲੇ ਆਈਟਮ ਹੈ ਨੋਰਮਲ 2x4 'ਚ, ਇਹ 'ਚ ਆਪਣੇ ਕੋਲ ਲਗਭਗ 30-40 ਕਿਲੇ ਗਲੋਸ ਗਲੋਸ ਵਾਲੇ 'ਚ ਡਿਜ਼ਾਈਨ ਮਿਲ ਜਾਣਗੇ। ਓਕੇ, ਇਹ ਬਿਲਕੁਲ 100% ਪ੍ਰੀਮੀਅਮ ਟਾਇਲ ਹੈ, ਇਹ ਫੁੱਲ ਹੈਵੀ ਟਾਇਲ ਹੈ, ਨਾ ਸਕ੍ਰੈਚ ਪਵੇ। ਇੱਕ ਦੱਸੋ ਜੀ, ਜਿਹੜੀ ਮੇਨ ਚੀਜ਼ ਹੈ, ਜੇ ਬੰਦਾ ਆ ਇਹਦੇ ਨਾਲ, ਤੁਸੀਂ ਕਿਹਾ ਪ੍ਰੀਮੀਅਮ ਕੁਆਲਿਟੀ ਆਪਣੇ ਕੋਲ ਹੈਗੀ ਹੈ, ਪ੍ਰੀਮੀਅਮ ਮਾਲ ਹੈ, ਬੰਦਾ ਮਾਰਕੀਟ 'ਚ ਗਿਆ ਉਹਨੂੰ ਕੀ ਰੇਟ ਪਊਗਾ ਮਾਰਕੀਟ ਦਾ ਪਹਿਲਾਂ? ਇਹ ਮਾਰਕੀਟ ਦਾ ਮਿਨੀਮਮ ਪ੍ਰਾਈਸ ਹੈ ਜਿਹੜਾ 31-32 ਰੁਪਏ ਤੋਂ ਸ਼ੁਰੂ ਹੋ ਕੇ, ਹਾਂ, ਉਹ ਦੁਕਾਨਦਾਰ ਦੇ 35-36, 36-40 ਰੁਪਏ ਤੱਕ ਇਹਦਾ ਰੇਟ ਹੈਗਾ ਹੈਗਾ। ਆਪਾਂ ਅੱਜ ਔਨ ਸਪੋਟ ਵੀਡੀਓ ਬੋਲ ਰਹੇ ਹਾਂ, ਆਪਣਾ ਰੇਟ ਆਪਾਂ ਦਵਾਂਗੇ 460 ਰੁਪਏ ਦਾ ਬਾਕਸ। ਓਕੇ, ਲਾ ਲਓ 29 ਰੁਪਏ ਤੋਂ ਥੋੜੇ ਜਿਹੇ ਪੈਸੇ ਘੱਟ ਗਏ। ਓਕੇ, ਹੁਣ ਆਪਣੇ ਤਾਂ ਫਿਰ ਵੀ ਹੈਗਾ, ਮਤਲਬ ਬੰਦੇ ਦੇ 5-6 ਰੁਪਏ ਦਾ ਫਾਇਦਾ ਹੋ ਰਿਹਾ, ਜੇ ਬੰਦਾ 35 ਦਾ ਵੇਚ ਰਿਹਾ ਤਾਂ ਆਪਾਂ 29 ਦਾ ਵੇਚ ਰਹੇ ਹਾਂ। ਇਹ ਡਿਜ਼ਾਈਨ ਹੁਣ ਐਂਡਲੈਸ, ਅੱਗੇ ਦੀ ਅੱਗੇ ਰੇਸ਼ੇ ਨਾਲ ਰੇਸ਼ਾ ਜੁੜੂ। ਇੱਕ ਵਾਰੀ ਆ ਕੇ ਨਾ ਸਭਿਆ ਕਿ ਜਿੰਨੇ ਭਰਾ ਦੇਖਣਾ ਨਾ ਡਿਜ਼ਾਈਨ 'ਤੇ ਝਾਤੀ ਮਰਾ ਦੇ ਇੱਕ ਵਾਰੀ ਜ਼ਰੂਰ। ਇਹ ਐਂਡਲੈਸ, ਅੱਗੇ ਦੀ ਅੱਗੇ ਰੇਸ਼ੇ ਨਾਲ ਰੇਸ਼ਾ ਜੁੜੂ। ਓਕੇ, ਗ੍ਰੇ ਅੱਜ ਕੱਲ੍ਹ ਸਭ ਤੋਂ ਵੱਧ ਕਾਮਨ ਲੱਗ ਰਿਹਾ। ਬਾਕੀ ਆਹ ਲਾਈਟ ਕਲਰ ਤੁਹਾਨੂੰ ਸਾਰਿਆਂ ਨੂੰ ਪਤਾ, ਇਹਨਾਂ ਦਾ ਇੱਕ ਫਾਇਦਾ ਹੁੰਦਾ ਹੈਗਾ, ਇਹਨਾਂ 'ਤੇ ਮਿੱਟੀ ਮੁੱਟੀ ਲੱਗ ਜਾਏ ਨਾ, ਲੱਗ ਜਾਏ, ਉਹ ਚਮਕ ਜਿਹੀ ਦੀ ਨੇਗੇ ਵਾਲਾ, ਵਾਈਟ ਦੇ ਵਿੱਚ ਜਿੰਨੇ ਮਰਜ਼ੀ ਸ਼ੇਡ ਲੈ ਲਓ। ਓਕੇ, ਸ਼ੇਡ ਸ਼ੇਡ ਵਾਧੂ, ਇੱਧਰ ਸ਼ੇਡ ਇੰਨੇ ਲੱਗੇ ਹੋਏ ਨੇ। ਇਹ ਆ ਗਿਆ ਜੀ ਆਪਣਾ ਟਾਈਲਾਂ ਵਾਲਾ, ਹੈ ਨਾ, ਜਿੰਨਾ ਵੀ ਪੋਰਸ਼ਨ 'ਤੇ ਗਿਆ। ਹੁਣ ਆਪਾਂ ਜੇ ਗੱਲ ਕਰੀਏ, ਜਿਵੇਂ ਡਿਜ਼ਾਈਨ ਵਾਲੀਆਂ ਪਈਆਂ ਨੇਗੀਆਂ, ਇਹ ਆਪਣੀਆਂ ਦੀਵਾਰਾਂ ਨਹੀਂ ਹੁੰਦੀਆਂ, ਵਾਸ਼ਰੂਮ ਵਾਲੀਆਂ ਟਾਈਲਾਂ ਨੇ ਵੀਰੇ। ਓਕੇ, ਕਿਸੇ 12-18 ਦਾ ਸਾਈਜ਼ ਆ ਜਾਂਦਾ, 12-24 ਦਾ ਆ ਜਾਂਦਾ ਹੈਗਾ। ਇਹ ਮਤਲਬ ਕਿ ਆਪਣੇ ਜਿਵੇਂ ਛੋਟੇ ਵਾਸ਼ਰੂਮ ਨੇ, ਕਈ ਕਹਿੰਦੇ ਛੋਟਾ ਸਾਈਜ਼ ਲਗਾਉਣਾ, ਹਾਂਜੀ, ਉਹਨਾਂ ਵਾਸਤੇ ਬਿਲਕੁਲ ਨਵੀਂ ਡਿਜ਼ਾਈਨ ਹੈਗੇ, ਇਹ ਵੀ ਪ੍ਰੀਮੀਅਮ 'ਚ 100%। ਇਹ ਜਮਾਨ ਕੇ ਚੱਲੋ, ਇਹ ਪੂਰਾ ਦਾ ਪੂਰਾ ਜਿਹੜਾ ਆਪਣਾ ਵਾਸ਼ਰੂਮ ਦਾ ਡਿਜ਼ਾਈਨ ਹੋਊਗਾ, ਉਹਦੇ ਵਿੱਚ ਕੰਪਲੀਟ ਹੁੰਦਾ ਹੁੰਦਾ? ਕੰਪਲੀਟ, ਹੈ ਨਾ, ਜਿੰਨਾ ਵੀ ਅਗਲੇ ਦੇ ਸਕੇਅਰ ਫੁੱਟ ਦੇ ਹਿਸਾਬ ਨਾਲ ਬਣਦਾ, ਉਹਦੇ ਸਾਨੂੰ ਡਿਜ਼ਾਈਨ ਦੇ ਦਾਂਗੇ। ਇਹ ਐਂ ਲਗਾ ਲਓ 170 ਰੁਪਏ ਦਾ ਬਾਕਸ ਹੈ ਸਿਰਫ, 170 ਰੁਪਏ ਦਾ। ਮਾਰਕੀਟ ਦਾ ਰੇਟ 210-220 ਤੋਂ ਉੱਪਰ ਹੈਗਾ ਹੈਗਾ, ਬਿਲਕੁਲ ਜੀ, ਆਪਾਂ ਘੈਂਟ 'ਚ ਦੇ ਦਾਂਗੇ, ਕੋਈ ਚੱਕਰ ਨਹੀਂ, ਆਪਾਂ ਕਿਉਂਕਿ ਕੁਆਂਟਿਟੀ 'ਚ ਡੀਲ ਕਰਨਾ। ਹਾਂਜੀ, ਆਪਣੇ ਕੋਲ ਕਸਟਮਰ ਦੂਰੋਂ ਆਉਣਾ, ਚੀਜ਼ ਲੈ ਕੇ ਜਾਣੀ ਹੈ ਕਸਟਮਰ ਨੇ, ਹਾਂਜੀ, ਫਿਰ ਆਪਾਂ ਕਸਟਮਰ ਦਾ ਫਾਇਦਾ ਕਰੋ। ਆਹਾ ਮਿੱਤਰੋ, ਜਿੰਨੇ ਵੀ ਤੁਸੀਂ ਦੇਖ ਰਹੇ ਹੋ, ਇੱਕ ਵਾਰੀ ਡਿਜ਼ਾਈਨ 'ਤੇ ਝਾਤੀ ਮਾਰ ਲਓ। ਇੱਕ ਤਾਂ ਆਪ ਇਹਨਾਂ, ਜੇ ਤੁਸੀਂ ਇਸ ਤਾਂ ਆਪਣੇ ਕੋਲ, ਜੇ ਆਪਾਂ ਵਾਸ਼ਰੂਮ ਦੇ ਡਿਜ਼ਾਈਨ ਦੀ ਗੱਲ ਕਰੀਏ, ਆਪਣੇ ਕੋਲ ਕਿੰਨੇ ਤਰ੍ਹਾਂ ਦੇ ਅਵੇਲੇਬਲ ਨੇ ਪ੍ਰੈਜੈਂਟ ਦੇ ਵਿੱਚ? ਇਹ 60-70 ਡਿਜ਼ਾਈਨ ਮਿਲ ਜਾਣਗੇ ਵਾਸ਼ਰੂਮ ਦੇ ਇਕੱਲੇ, ਹੈ ਨਾ, ਅਲੱਗ ਤੋਂ? ਬਿਲਕੁਲ ਜੀ, 60-70 ਇੱਥੇ ਨਾ ਤੁਹਾਨੂੰ ਮਿਲਣਗੇ, 1, 2, 3, 4 7-8 ਡਿਜ਼ਾਈਨ ਅਵੇਲੇਬਲ ਨੇ, ਹੁਣ ਸਾਡੇ ਡਿਸਪਲੇ ਕੀਤੇ ਹੋਏ ਨੇ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਬਹੁਤ ਸਾਰੇ ਵਾਸ਼ਰੂਮ ਦੇ 2x4 ਵੀ ਵਾਸ਼ਰੂਮ ਮਿਲਣੇ, ਇਹਦੇ ਵਿੱਚ ਟਾਇਲ ਥੋੜੀ ਚੌੜੀ ਆ ਗਈ ਹੈ ਨਾ ਆਪਣੀ, 2x4 ਦੀ ਇਹ ਟਾਇਲ ਲੱਗੀ ਹੋਈ ਹੈ ਜੀ। ਹੁਣ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਕਾਮਨ ਰਿਵਾਜ ਕੀ ਹੈ? ਕਾਰਵਿੰਗ ਸੀਰੀਜ਼ ਦਾ। ਹਾਂਜੀ, ਇਹਦਾ ਰੇਸ਼ਾ ਜਿਵੇਂ ਆਹ ਦੇਖੋ ਚਮਕ ਰਿਹਾ, ਜਿਵੇਂ ਜਿਵੇਂ ਲਾਈਟ ਪੈ ਰਹੀ ਹੈ ਜਿੱਥੇ ਜਿੱਥੇ। ਸਹੀ ਗੱਲ ਹੈ ਜੀ, ਇਹ ਸਭ ਤੋਂ ਵੱਧ ਕਾਮਨ ਆਈਟਮ ਹੈ, ਨਵੀਂ ਆਈਟਮ ਕਰਕੇ ਇਹਦੇ ਵਿੱਚ ਐਵੇਂ ਲੱਗਦਾ ਜਿਵੇਂ ਚਾਂਦੀ ਜੀ ਪਾਈ ਹੋਵੇ। ਉਹੀ ਚੀਜ਼ ਹੈ ਨਾ, ਆ ਲੈ ਵਿਆਹੀ ਇੱਕ ਵਾਰੀ, ਜਿੰਨੇ ਭਰਾ ਵੀ ਦੇਖ ਰਹੇ ਨੇ ਨਾ, ਜੇ ਤੁਹਾਨੂੰ ਲਾਈਟਿੰਗ ਪੈ ਰਹੀ ਹੈ ਨਾ ਪ੍ਰੋਪਰ, ਇਹ ਤਾਂ ਬਾਈ ਵਜਨੇ ਬੜਾ ਜ਼ਿਆਦਾ ਬਾਈ, ਹੈਂ ਲੈ ਹੋਰ ਬਾ, ਆਹ ਕਰੋ ਚੈੱਕ, ਇੱਕ ਤਾਂ ਦੀ ਆਹ ਮੋਟਾਈ ਚੈੱਕ ਕਰਾ ਦੇ, ਜਿੰਨੇ ਵੀਰ ਦੇਖ ਰਹੇ ਨੇ, ਕਾਫੀ ਜ਼ਿਆਦਾ ਹੈਵੀ ਕੁਆਲਿਟੀ 'ਚ ਹੈ। ਅਤੇ ਇਹਦੇ ਵਿੱਚ ਨਾ ਤੁਹਾਨੂੰ ਹਲਕੀ ਹਲਕੀ ਸ਼ਾਈਨਿੰਗ ਆਊਗੀ, ਜਿਵੇਂ ਇਹਦੇ ਵਿੱਚ ਚਾਂਦੀ ਚਲਾਈ ਹੋਈ, ਇਹਦਾ ਕੀ ਚੱਕਰ ਆ? ਇਹ ਅੱਜ ਕੱਲ੍ਹ ਨਵੀਂ ਆਈਟਮ ਦੇ ਕਾਰਨ ਨਾ ਲੋਕ ਬਹੁਤ ਵੱਧ ਘੱਟ ਰੇਟ ਮੰਗ ਰਹੇ ਨੇ, ਹਾਂ, ਇਹ ਤੁਹਾਨੂੰ ਸਿਰਫ ਐਂ ਲਗਾ ਲਓ 31-32 ਰੁਪਏ ਦੇ ਰੇਟ 'ਚ ਹੀ ਦੇ ਦਾਂਗੇ ਆਪਾਂ। ਇਹ ਵੀ ਝੂਠ ਬੋਲ ਰਹੇ, ਇਹਦਾ 40-45 ਰੁਪਏ ਭਾਅ। ਮੈਂ ਉਹੀ ਕਹਿ ਰਿਹਾ, ਇਹਦਾ ਮੈਂ ਖੁਦ ਵੀ ਲੈ ਕੇ ਆਇਆ ਬਾਈ, 40-45 ਰੁਪਏ ਦੇ ਹਿਸਾਬ ਨਾਲ। ਇਹ ਹੁਣ ਕਹਿਣ ਦਾ ਭਾਵ ਕਿ ਆਪਾਂ ਕਸਟਮਰ ਜੋੜਨੇ ਨੇ, ਹਾਂ, ਆਪਾਂ ਕੁਆਂਟਿਟੀ ਵੇਚਾਂਗੇ, ਆਪਾਂ ਨੂੰ ਬਾਹਲੇ ਰੇਟ ਲੈਣ ਦੀ ਲੋੜ ਹੀ ਨਹੀਂ, ਆਪਣੀ ਕੁਆਂਟਿਟੀ ਨੂੰ ਮਤਲਬ ਲੱਗਦਾ ਬਾਈ ਹੋਰ ਆਪਦਾ ਮਾਰਜਨ ਘੱਟ ਰੱਖੇ ਹੋਏ ਨੇਗੇ। ਅਤੇ ਇਹਦੀ ਕੁਆਲਿਟੀ ਵਗੈਰਾ ਕੀ ਰਹੂਗੀ ਜੀ? ਇਹ ਪੂਰੀ ਵਧੀਆ ਰਹੂਗੀ ਜੀ, ਕੁਛ ਨਹੀਂ ਹੁੰਦਾ ਇਹਨੂੰ ਵੀ, ਤੁਸੀਂ ਇਹ ਫੜ ਲਓ ਭਰਾਵਾ, ਵੱਡੀ ਹੈ, ਲੈ ਬਾਈ ਆਹ ਤੁਹਾਡੇ ਸਾਹਮਣੇ, ਕੁਛ ਨਹੀਂ ਹੋਇਆ ਬ੍ਰੇਕ। ਇਸ ਤੋਂ ਇਲਾਵਾ ਆਪਣੇ ਕੋਲ ਜਿਵੇਂ ਆ ਇਹਨਾਂ ਦੇ ਵੀ ਆਪਾਂ ਰੇਟ ਪ੍ਰਾਈਜ਼ ਦੀ ਗੱਲ ਕਰੀਏ, ਅੱਛਾ ਉਹ ਇੱਧਰਲੇ ਪਾਸੇ ਬਾਈ ਚੀਜ਼ ਦੇਖਣ ਵਾਲੀ ਹੈ,
ਇਹ ਸੀਨਰੀਆਂ ਆ ਗਈਆਂ ਆਪਣੇ ਟਾਈਲਾਂ ਦੇ ਵਿੱਚ। ਬਿਲਕੁਲ ਜੀ, ਇਹ ਜੇ ਕਿਸੇ ਨੇ ਬੈਡਰੂਮ ਚਲਾਉਣੀ ਹੋਣਾ ਨਾ ਜੀ, ਬਿਲਕੁਲ ਜੀ 3D ਸੀਨਰੀ ਹੈਗੀ, ਮਤਲਬ ਕਿ ਚਮਕੂਗੀ ਓਕੇ ਹਨੇਰੇ ਦੇ ਵਿੱਚ। ਆਹ ਚੀਜ਼ ਬਿਲਕੁਲ ਨਵੀਂ ਚੀਜ਼, ਯੂਨੀਕ ਜੇ ਜੇ ਤੁਸੀਂ ਦੇਖ ਰਹੇ ਹੋ ਨਾ ਵੀਡੀਓ, ਅਤੇ ਆਪਾਂ ਦੇਖਦੇ ਹੁੰਦੇ ਹਾਂ ਕਿਸੇ ਵੀਰ ਭਰਾ ਨੂੰ ਆਪਣੇ ਨਾਲ ਸ਼ੌਂਕ ਹੁੰਦਾ ਹੈਗਾ ਯਾਰ ਅਲੱਗ ਅਲੱਗ ਤਰ੍ਹਾਂ ਦੇ, ਹੈ ਨਾ। ਜਿਵੇਂ ਉਹ ਦੇਖੋ ਚਾਰ ਟਾਈਲਾਂ ਮਿਲਾ ਕੇ ਬਣੀ ਹੋਈ, ਹੈ ਨਾ, ਇਹ ਵੀ ਇਹ 'ਚ ਆ ਗਈਆਂ ਆਪਣੀਆਂ 6, ਹੈ ਨਾ, ਅਲੱਗ ਅਲੱਗ। ਲੱਭ ਜਾ ਕਰੋ ਚੈੱਕ, ਜੇ ਤੁਹਾਨੂੰ ਆਪਣੀ ਕੋਈ ਇਮੇਜ ਵਗੈਰਾ ਹੈ ਨਾ ਘਰ ਦੇ ਵਿੱਚ ਆਪਾਂ ਥੋੜ੍ਹਾ ਸ਼ੌਂਕੀ 'ਚ ਰੱਖਦੇ ਹੁੰਦੇ ਹਾਂ, ਇਹਨਾਂ ਦਾ ਤਾਂ ਥੋੜ੍ਹਾ ਜਿਹਾ ਮਹਿੰਗਾ ਹੋਊਗਾ। ਇਹ ਐਂ ਲਗਾ ਲਓ ਤੁਸੀਂ ਜਿਹੜੀ ਇੱਕ ਸੀਨਰੀ ਹੈ ਆਪਣੇ ਕੋਲ 700 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। 700 ਤੋਂ ਸੀਨਰੀ ਸ਼ੁਰੂ ਹੋ ਜਾਂਦੀ ਹੈ ਬਾਈ ਜੀ। ਟਾਇਲ ਹੈ, ਟਾਇਲ ਹੈ, ਬਿਲਕੁਲ ਜੀ ਬਿਲਕੁਲ, ਛੋਟੀ ਸੀਨਰੀ ਹੈ ਜਿਹੜੀ, ਇਹ 3D 'ਚ ਹੈਗੀ, ਇਹ ਥੋੜ੍ਹੀ ਜਿਹੀ ਉੱਪਰ ਚਲੀ ਜਾਂਦੀ ਹੈ। ਜੇ ਆਪਾਂ ਵੈਸੇ ਕੰਧ 'ਤੇ ਡਿਜ਼ਾਇਨ ਤਿਆਰ ਕਰਨ ਲੱਗ ਜੀ ਨਾ ਜੀ, 1000 ਰੁਪਏ ਤਾਂ ਉਹਦਾ ਲੈ ਜਾਂਦੇ ਆ। ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਇਹ 3D ਸੀਨਰੀ ਹੈ, ਮਤਲਬ ਕਿ ਜਿਵੇਂ ਹੈਗੀ ਐਵੇਂ ਰਹੂਗੀ। ਸੁਣ ਰਹੇ ਹੋ ਬਾਈ, ਸਿਰਫ 700 ਰੁਪਏ ਦੇ ਵਿੱਚ ਤੁਹਾਨੂੰ ਆਹ ਸੀਨਰੀ ਮਿਲ ਜੂਗੀ। ਕਮਾਲ ਦੀ ਗੱਲ ਹੋ ਗਈ ਯਾਰ, ਹੈਗੀ ਵੀ ਵਧੀਆ, ਪ੍ਰੋਪਰ ਟਾਇਲ ਆ ਵੀ, ਹੈਗੀ ਵੀ 3D ਹੈ। ਤੇ ਬਾਈ ਜੀ ਬਾਕੀ ਅਸੈਸਰੀ ਦਾ ਵੀ ਦੱਸੋ ਥੋੜਾ ਬਹੁਤ, ਜਿੰਨੇ ਭਰਾ ਆਪਣੇ ਕੋਲ ਜਿਹੜੇ ਸ਼ੈਂਕ ਸੀਟਾਂ ਨੇ ਜੀ, ਐਂ ਲਗਾ ਲਓ ਤੁਸੀਂ ਵਾਸ਼ ਬੇਸ਼ਨ ਹੈ 900 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ। ਹਾਂਜੀ, ਸੀਟ 700 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ, ਬੈਠਵੀਂ ਸੀਟ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਮਤਲਬ ਉਹ ਜਿਹੇ ਜੀ ਕਸਟਮਰ ਪਸੰਦ ਕਰੂਗਾ, ਉਹ ਜਿਹਾ ਰੇਟ ਹੈ, ਉਹ ਜਿਹਾ ਰੇਟ ਹੈ ਮਿਨੀਮਮ, ਮਤਲਬ ਕਿ ਪ੍ਰੀਮੀਅਮ 'ਚ ਵਧੀਆ ਕੁਆਲਿਟੀ, ਨਾ ਇਹ ਪੀਲੀਆਂ ਪੈਣ, ਨਾ ਕੋਈ ਦਿੱਕਤ ਆਵੇ। ਠੀਕ ਹੈ, ਇਹਦੀ ਵੀ ਆਪਣੀ ਜ਼ਿੰਮੇਵਾਰੀ ਰਹੂਗੀ ਰਹੂਗੀ, ਹੈ ਨਾ। ਲਓ ਵੀ ਜਿੰਨੇ ਭਰਾ ਦੇਖਣੇ, ਕੁਰੀਅਰ ਦੀ ਫੈਸਿਲਿਟੀ ਦੱਸ ਦਿਓ ਵੀ, ਕਈ ਭਰਾ ਆਪਣੇ ਦੂਰ ਬੈਠੇ ਹੁੰਦੇ ਨਾ, ਕਹਿੰਦੇ ਨੇ ਬਾਈ ਆ ਕੇ ਸਿਲੈਕਟ ਕਰ ਜਾਣਗੇ। ਜੇ ਫੋਟੋਆਂ 'ਤੇ ਚੀਜ਼ ਪਸੰਦ ਕਰਨੀ ਹੈ, ਫੋਟੋ 'ਤੇ ਹੋ ਜਾਏਗੀ, ਜਿਹੜੀ ਚੀਜ਼ ਕਹਿਤੀ ਉਹ ਪਹੁੰਚੇਗੀ। ਹਾਂਜੀ, ਕੋਈ ਦਿੱਕਤ ਨਹੀਂ ਹੈ। ਅਤੇ ਜੇ ਟਰਾਂਸਪੋਰਟੇਸ਼ਨ ਭੇਜ ਦੇਣਗੇ, ਟਰਾਂਸਪੋਰਟੇਸ਼ਨ ਅਸੀਂ ਲੋਡ ਕਰਵਾ ਦਾਂਗੇ, ਜੇ ਇੱਥੋਂ ਟਰਾਂਸਪੋਰਟੇਸ਼ਨ ਕਰਵਾਉਣੀ ਅਸੀਂ ਇੱਥੋਂ ਕਰਵਾ ਦਾਂਗੇ, ਕੋਈ ਚੱਕਰ ਨਾ। ਕੋਈ ਕਹਿ ਦਿੰਦਾ ਅਸੀਂ ਡਿਲੀਵਰੀ ਫ੍ਰੀ ਦੇ ਦਾਂਗੇ, ਦੇਖੋ ਲੈਣੇ ਤਾਂ ਕਸਟਮਰ ਤੋਂ ਨੇ, ਜੇਬ 'ਚੋਂ ਤਾਂ ਕਿਸੇ ਨੇ ਦੇਣੇ ਕੋਈ ਨਹੀਂ। ਉਹੀ ਗੱਲ, ਉਹੀ ਰੇਟ ਵਧਾ ਦੇਣਗੇ, ਬਈ ਉਹਦਾ ਕੋਈ ਚੱਕਰ ਨਹੀਂ ਕੋਈ, ਬਾਕੀ ਤੁਸੀਂ ਆਪਦਾ ਸੰਦ ਸਾਧਨ ਲੈ ਕੇ ਆਉਣਾ, ਲੈ ਜਾਓ, ਕੋਈ ਚੱਕਰ ਨਹੀਂ, ਕੋਈ ਦਿੱਕਤ ਨਹੀਂ। ਲੋਡ ਕਰਾਉਣ ਦੀ ਜ਼ਿੰਮੇਵਾਰੀ ਸਾਡੀ। ਇੱਕ ਵਾਰੀ ਜਿਵੇਂ ਆ ਆਪਣਾ ਬਾਲਟੀ 'ਚ ਪੇਂਟ ਪੁੰਟ ਵੀ ਇਹਨਾਂ 'ਚ ਬਈ, ਇਹ ਪੋਕਸੀ ਅਡੈਸਿਵ ਹੁੰਦੇ ਨੇਗੇ, ਇਹ ਅਪੋਕਸੀ ਅਡੈਸਿਵ ਹੁੰਦੇ ਨੇ ਜਿਹੜੀ ਟਾਇਲ ਲਗਾਉਣ 'ਤੇ। ਇੱਕ ਵਾਰੀ ਪੋਕਸੀ ਅਡੈਸਿਵ ਹੁੰਦੇ ਜਿਹੜੇ ਟਾਇਲ ਲਗਾਉਣ 'ਚ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਯੂਜ਼ 'ਚ ਆਉਂਦੇ ਨੇਗੇ, ਇਹ ਟਾਇਲ ਦੇ ਵਿੱਚ ਭਰੀ ਜਾਂਦੀ ਹੈਗੀ ਜੋ ਸਪੇਸ ਦੇ ਕੇ ਲਾਉਂਦੇ ਆਪਾਂ। ਠੀਕ ਹੈ, ਓਕੇ। ਜੇ ਕਿਸੇ ਨਾਲ ਭਰਾਵਾਂ, ਮਤਲਬ ਆਪਣੇ ਕੋਲ ਚੀਜ਼ਾਂ ਸਾਰੀਆਂ ਨੇ ਬਾਈ, ਲਾ ਵੀ ਦਿਖਾ ਦੇਣਾ ਤੁਹਾਨੂੰ ਮੈਂ ਯਾਰ, ਛੋਟੀ ਛੋਟੀ ਚੀਜ਼ਾਂ ਯੂਨੀਕ ਜਿਹੇ ਨੇ। ਆਪਾਂ ਆਪਣੇ ਘਰ ਦੇ ਫਰੰਟ ਫਰੁੰਟ 'ਤੇ ਕਈ ਵਾਰ ਲਾਉਣਾ ਹੁੰਦਾ ਵੀ ਬੰਦਾ ਮੁੱਕਦੀ ਗੱਲ ਇਹ ਹੈ ਜੀ, ਕੋਈ ਘਰ ਕੋਲ ਰੈਡੀ ਕਰਿਆ ਤਾਂ ਆਪਣੇ ਕੋਲ ਬੇਫਿਕਰ ਹੋ ਕੇ ਆ ਜੇ, ਹੈ ਨਾ ਜੀ। ਬਿਲਕੁਲ, ਅਤੇ ਵੀਰੇ ਰੇਟ ਪ੍ਰਾਈਜ਼ ਕਿਵੇਂ ਲੱਗੇ ਦੱਸਿਓ ਜੀ ਕਮੈਂਟ ਕਰਕੇ, ਚੰਗੇ ਹੀ ਨੇ, ਬਾਕੀ ਹੋਰ ਡਿਸਕਾਊਂਟ ਦੇ ਦਾਂਗੇ, ਕੋਈ ਦਿੱਕਤ ਨਹੀਂ, ਜਿਹੜਾ ਬੰਦਾ ਆਪਣੇ ਪੇਜ ਦਾ ਨਾਮ ਲੈ ਕੇ ਆਊਗਾ। ਤੇ ਵੀ ਇੰਸਟਾਗ੍ਰਾਮ ਤੇ ਵੀ ਕ੍ਰਿਸ਼ਨਾ ਮਾਰਬਲ ਦੇ ਨਾਮ ਤੋਂ ਉੱਥੇ ਅਸੀਂ ਡਿਜ਼ਾਈਨਿੰਗ ਨਵੀਂ ਨਵੀਂ ਪਾਉਂਦੇ ਰਹਿੰਦੇ ਹਾਂ, ਨਵੀਆਂ ਨਵੀਆਂ ਚੀਜ਼ਾਂ। ਸਭ ਤੋਂ ਵਧੀਆ ਗੱਲ, ਕਿਸੇ ਵੀਰ ਭਰੇ ਨੇ ਇਹਨਾਂ ਦੇ ਆਲ ਡਿਜ਼ਾਈਨ ਚੈੱਕ ਕਰਨੇ ਨੇ, ਜਿੰਨੇ ਵੀ ਇਹਨਾਂ ਕੋਲ ਸਟਾਕ ਦੇ ਵਿੱਚ ਅਵੇਲੇਬਲ ਨੇ। ਜਿਵੇਂ ਆਪਾਂ ਤੁਹਾਨੂੰ ਗ੍ਰੇਨੇਡ 'ਚ ਕਹਿ ਦਿੱਤੇ, ਆਪਣੇ ਕੋਲ 50 ਡਿਜ਼ਾਈਨ ਪਏ ਨੇ। ਜੇ ਤੁਸੀਂ 50 ਦੇ 50 ਚੈੱਕ ਕਰ ਰਹੇ ਨੇ, ਆਪਣਾ ਸੋਸ਼ਲ ਮੀਡੀਆ ਦੇ ਅਕਾਊਂਟ ਹੈਗੇ ਨੇ ਕ੍ਰਿਸ਼ਨਾ ਮਾਰਬਲਸ ਦੇ ਨਾਮ ਤੇ, ਹੈ ਨਾ। ਤੁਸੀਂ ਜਾ ਕੇ ਉੱਥੇ ਵਿਜ਼ਿਟ ਕਰਕੇ ਚੈੱਕ ਵੀ ਕਰ ਸਕਦੇ ਹੋ, ਇੰਸਟਾਗ੍ਰਾਮ ਵੀ ਹੈ ਨਾ। ਬਿਲਕੁਲ ਜੀ ਬਿਲਕੁਲ, ਉੱਥੇ ਵੀ ਆਪਾਂ ਚੈੱਕ ਕਰ ਲਈ ਐਕਚੁਅਲ ਚੀਜ਼ਾਂ ਪਾਉਂਦੇ ਆ। ਜਿਵੇਂ ਕੋਈ ਕੋਠੀ ਸਾਡਾ ਸਮਾਨ ਗਿਆ, ਹਾਂਜੀ, ਉਸ ਤੋਂ ਬਾਅਦ ਖੁਦ ਜਾ ਕੇ ਸਾਰੀ ਵੀਡੀਓ ਕਸਟਮਰ ਦਾ ਰਿਵਿਊ ਲੈ ਕੇ ਉਹ ਚੀਜ਼ਾਂ ਸ਼ੋਅ ਕਰਦੇ ਆ ਐਕਚੁਅਲ। ਓਕੇ, ਅਤੇ ਇਹਦੇ ਨਾਲ ਦੀਆਂ ਬਾਕੀ ਸਮਾਂ ਅਸੈਸਰੀ ਹੋ ਗਈਆਂ, ਕਿਚਨ ਦੀ ਆਈਟਮ ਹੋ ਗਈਆਂ, ਵੀਰੇ ਟੂਟੀਆਂ ਵਗੈਰਾ ਹੋ ਗਈਆਂ, ਇਹ ਵੀ ਸੋਲ ਨੂੰ ਮਿਲ ਜਾਣਗੀਆਂ ਸਾਰੀਆਂ ਦੀਆਂ ਸਾਰੀਆਂ ਜੀ, ਹੋਲ ਸੇਲ ਰੇਟ ਦੇ ਵਿੱਚ। ਬਾਕੀ ਰੇਟ ਦਾ ਚੈਲੰਜ ਹੈਗੀ ਸੀਗਾ, ਕੁਆਲਿਟੀ ਵਾਈਜ਼ ਵੀ, ਰੇਟ ਵਾਈਜ਼ ਵੀ। ਬਾਕੀ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ, ਆਪਣੇ ਉਹ ਭਰਾ ਤੱਕ ਪਹੁੰਚ ਜੇ। ਕਈ ਵਾਰ ਬੰਦਾ ਕਨਫਿਊਜ਼ ਬਹੁਤ ਹੁੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਕਿ ਬਈ ਵਧੀਆ ਮਾਲ ਕਿੱਥੋਂ ਲਵਾਂ, ਉਸ ਥਾਸੇ ਚੱਕਰ 'ਚ ਮਾੜਾ ਲਿਆਉਂਗੇ ਉਹ ਫਿਰ ਬਾਅਦ 'ਚ ਰੋਂਗੇ, ਉਹਦਾ ਕੋਈ ਫਾਇਦਾ ਨਹੀਂ। ਥੋੜ੍ਹਾ ਜਿਹਾ ਜਾਇਜ਼ ਰਿਟਰਨ ਹੈ, ਸਾਰੇ ਜਿੰਨੇ ਵੀ ਵੀਰ ਨਾ ਦਿਖਾਏ ਨੇ। ਬਾਕੀ ਸ਼ੇਅਰ ਕਰਨਾ ਨਾ ਭੁੱਲੋ ਜੀ ਆਪਣੀ ਵੀਡੀਓ ਨੂੰ।